रिकवर करा के फोरेंसिकली भी भेज दें सर। बाकी टेस्ट का रिकवरी हो गया पूरी हरी मोबाइल फोन वगैरह सब मोबाइल बड़े तरह से फोन की तरफ कवरी होती है। तो हम सर जितने से मैं सर डीएसपी नबा सर हां जी तीन मोबाइल से हम रिकवर किए हाई सिक्योरिटी गैंगस्टर स्टेटस से ना तो पड़े सर सर पापचा के दस सर ने किया सी देखो गए कि नहीं सर उस सब पा नहीं मैं कि प्रूफ दे दिया कि नहीं चलूगा ਦੋਨੋਂ ਸਰਵੇਲੈਂਸ ਦੇ ਅੰਦਰ ਹੀ ਹੈ ਸਰ ਜੈਮਰਸ ਤੇ ਸੀਸੀਟੀਵੀ ਸਰ ਉਹ ਮੰਤਰੀ ਜੀ ਨੇ ਕਰਨੀ ਪ੍ਰੈਜੈਂਟੇਸ਼ਨ ਸਰ ਦੇਖੀ ਸੀ ਉਹ ਵਿਜ਼ਿਟ ਕਰ ਗਏ ਸਰ ਜੈਮਰ ਵਾਲੇ ਸਰ ਐਕਚੁਅਲੀ ਸਰ ਮੈਂ ਤੁਹਾਨੂੰ ਦੱਸਾਂ ਇਹ ਜਿਹੜਾ ਹੈ ਪੁਰਾਣੀ ਡਿਜ਼ਾਈਨ ਦੀ ਬਣੀ ਆ ਮੰਨ ਲਓ ਆ ਫਾਈ ਜੇਲ ਹੈ ਜੇਲ ਦੀ ਬਾਉਂਡਰੀ ਵਾਲ ਦੇ ਰਾਈਟ ਅਪ ਟੂ ਕਲੋਸ ਦਾ ਪ੍ਰਾਈਵੇਟ ਪ੍ਰਾਪਰਟੀਆਂ ਨੇ ਹੁਣ ਜੇਲ ਦੀ ਕੱਦ ਜਿਹੜੀ ਬੜੀ ਉੱਚੀ ਕਰ ਲਓ ਇੱਥੇ ਰਬੜ ਦੀ ਬਾਉਂਡ ਲੈਂਦੇ ਆ ਉਹਦੇ ਵਿੱਚ ਪਾੜ ਕੇ ਚੀਰ ਰੱਖ ਕੇ ਬੰਨ ਕੇ ਥਰੋ ਕਰਦੇ ਹੁਣ ਥਰੋ ਨਹੀਂ ਰੁਕਦੀ ਇਹੀ ਜੇਲ ਦੇ ਨਾਲ ਨਾਲ 100-100 ਮੀਟਰ ਦੀ ਏਰੀਏ ਚਾਰ ਚਿਹਰੇ ਲੈ ਕੇ ਕੱਡੇ ਦੀ ਤਾਰ ਲੱਗੀ ਹੋਵੇ ਹਾਈ ਫੈਂਸ ਸਾਡੇ ਥਰੋ ਵੀ ਕਰੇ ਤੇ ਜੇਲ੍ਹ ਦੇ ਅੰਦਰ ਸੀ ਨਾ ਜਾ ਕੇ ਡਿੱਗੇ ਇਹ ਸਾਰੀ ਜੇਲ੍ਹਾਂ ਦੀ ਪ੍ਰੋਬਲਮ ਪਟਿਆਲਾ ਜੇਲ੍ਹ ਹੈ ਉਹਦੇ ਨਾਲ ਪੂਰੀ ਐਨਕਲੇਵ ਹੈ ਜਿੰਨੇ ਮਰਜ਼ੀ ਸੀਸੀਟੀਵੀ ਕੈਮਰੇ ਲਾ ਲਓ ਹੁਣ ਲੋਕਾਂ ਦੀ ਰੈਜ਼ੀਡੈਂਸ਼ੀਅਲ ਡਾਰ ਸੜਕ ਨਾਲ ਜਿਹੜੀ ਹੈ ਕਾਰ ਰੋਕੀ ਥਰੋ ਕੀਤਾ ਭਜਾ ਕੇ ਲੈ ਹੁਣ ਥਰੋ ਐਡੀ ਵੱਡੀ ਜੇਲ੍ਹ ਹੈ ਕਿਤਨਾ ਕਿਤੇ ਜਾ ਕੇ ਥਰੋ ਦਾ ਸਮਾਨ ਡਿੱਗਦਾ ਹੁਣ ਜਦੋਂ ਖੁੱਲਾ ਟਾਈਮ ਕੈਦੀਆਂ ਨੂੰ ਛੱਡਦੇ ਆ ਮਤਲਬ ਹੁਣ ਇੰਨੀ ਫੋਰਸ ਇਹਨਾਂ ਕੋਲ ਵੀ ਨਹੀਂ ਹੈਗੀ ਕੱਲੇ ਕੱਲੇ ਕੈਦੀ ਦੇ ਇੱਕ ਬੰਦਾ ਲੱਗਿਆ ਇੱਕ ਅੱਧਾ ਬੰਦਾ ਕੋਈ ਸਟਾਫ ਵੀ ਛੋਟਾ ਮੋਟਾ ਰੜਿਆ ਹੁੰਦਾ ਉਹ ਬੋਲਾਂ ਚੁੱਕੇ ਨੇ ਫੜਾ ਵਿੱਚ ਮਾਰ ਲਈ ਜਾਂਦੇ ਦੂਸਰੇ ਤੋਂ ਮੁਲਾਕਾਤ ਆ ਆਪਾਂ ਪੇਸ਼ੀਆਂ ਤੇ ਜਾਂਦੇ ਆ ਉਦੋਂ ਵੀ ਕੋਈ ਨਾ ਕੋਈ ਚਿਪ ਕੋਈ ਨਾ ਕੋਈ ਚੀਜ਼ ਕੋਈ ਕਿਤੇ ਪਾ ਕੇ ਲੈ ਆਉਂਦੀ ਉਦੋਂ ਵੀ ਅੰਦਰ ਆਉਂਦਾ ਮੁਲਾਕਾਤ ਦਾ ਦਰਾਂ ਦਾ ਸਿਸਟਮ ਇਹਨਾਂ ਦਾ ਬੜਾ ਕੰਟਰੋਲਡ ਹੈ ਇਹ ਬਕਾਇਦਾ ਉਹਦੇ ਦਾ ਪੂਰਾ ਫ੍ਰੈਸ਼ ਕਰਕੇ ਬੰਦਾ ਮਿਲਣਾ ਹੁੰਦਾ ਤੇ ਉਥੋਂ ਚੀਜ਼ ਜਾਣੀ ਬਹੁਤ ਔਖੀ ਹੈ ਇਹ ਤਾਂ ਜਦੋਂ ਬਿਮਾਰ ਹੋ ਗਈ ਹਸਪਤਾਲ ਲੈ ਗਈ ਉਥੋਂ ਕੋਈ ਨਾ ਕੋਈ ਚੀਜ਼ ਪ੍ਰੈਫਰ ਕੀਤੀ ਜਾਂ ਪੇਸ਼ੀਆਂ ਤੇ ਜਾਂਦੇ ਜਦੋਂ ਵਾਪਸੀ ਤੇ ਆਉਂਦੇ ਉਦੋਂ ਕੋਈ ਨਾ ਕੋਈ ਚੀਜ਼ ਤੇ ਮੈਕਸਿਮ ਚੀਜ਼ ਜਿਹੜੀ ਆ ਥਰੋ ਨਾ ਰਹੀ ਥਰੋ ਦਾ ਸਾਡੇ ਪਾਸ ਹੁੰਦਾ ਕੋਈ ਕੰਟਰੋਲ ਨਹੀਂ ਜਿਹੜਾ ਪਟਿਆਲਾ ਜੇਲ੍ਹ ਦਾ ਬੈਕ ਸਾਈਡ ਆ ਸਰ ਉੱਥੇ ਵੀ ਅਸੀਂ ਦੋ ਮੋਟਰਸਾਈਕਲ 24 ਘੰਟੇ ਇੱਕ ਖੱਬੇ ਨੂੰ ਜਾਂਦਾ ਸਰ ਇੱਕ ਸੱਜੇ ਨੂੰ ਸਪੈਸ਼ਲੀ ਥੋਈ ਨਹੀਂ ਉੱਥੇ ਡਿਪਲੋਏ ਕਰਕੇ ਰੱਖੇ ਆ ਪਿੱਛੇ ਜੇ ਸਰ ਕੁਝ ਥਰੋ ਕਰਨ ਵਾਲੇ ਬੰਦੇ ਵੀ ਫੜੇ ਸੀ ਪਰ ਸਰ ਕਿਉਂਕਿ ਜੇ ਜ਼ੋਰ ਨਾਲ ਸਟੀਏ ਤੇ ਅੰਦਰ ਜਿਵੇਂ ਗੇਂਦਾਂ 'ਚ ਲੈਦਰ ਦੀ ਬੋਲਾਂ ਪਾੜ ਕੇ ਅੰਦਰੋਂ ਕੋਈ ਜਰਦੇ ਦੀ ਪੁੜੀ ਡਾਲ ਕੇ ਸਿੜ ਜਾਂਦੇ ਸਰ ਅਸੀਂ ਤਾਂ ਇਹਦਾ ਸਲੋਅ ਕੀਤਾ ਸਰ ਜਿਹੜੀ ਕਿ ਜੇਲ੍ਹ ਆਏ ਕਿ ਆਪਾਂ ਬਾਹਰ ਉੱਚੀ ਚੁੱਕ ਦਿੱਤੀ ਜਾਵੇ ਕਦੇ ਕਿ ਥਰੋ ਦਾ ਬੰਦਾ 100 ਮੀਟਰ ਤੱਕ ਛੁੱਟ ਦਿੰਦਾ ਉੱਚੀ ਕਿੰਨੀ ਫੈਸਲਾ ਜੋ ਕਿ ਪ੍ਰੈਕਟੀਕਲ ਨਹੀਂ ਹੈ ਐਸਾ ਨਹੀਂ ਬਹੁਤ ਜੀ ਗੱਦੀ ਐਨ ਸਾਰੇ ਕੋਲ ਹਾਂ ਜੀ ਐਨ ਸਾਰੇ ਕੋਲ ਬਹੁਤ ਉੱਚੀ ਛੁੱਟ ਦਿੰਦੇ ਆ ਮਤਲਬ ਜੈਮਰ ਲੱਗਣ ਸਰ ਡੈਡੀਕੇਟਡ ਬਿਲਕੁਲ ਬਿਲਕੁਲ ਚੀਜ਼ ਹੀ ਚੱਲੇ ਨਾ ਇਲੈਕਟ੍ਰੋਨਿਕ ਡਿਵਾਈਸ ਚੱਲੇ ਨਾ ਉਸ ਏਰੀਆ ਚ ਕੋਈ ਦੈਟ ਇਜ਼ ਆਲਵੇਜ਼ ਸੋਲੂਸ਼ਨ ਜਿਵੇਂ ਮੋਬਾਈਲ ਡੈਡ ਜ਼ੋਨ ਬਣਿਆ ਹੋਇਆ ਸਰ ਬਠਿੰਡਾ ਜ਼ਿਲ੍ਹੇ ਚ ਕਮਿਊਨੀਕੇਸ਼ਨ ਡੈਡ ਜ਼ੋਨ ਉਹਨੂੰ ਕਹਿੰਦੇ ਆ ਉੱਥੇ ਚੱਲਦਾ ਹੀ ਨਹੀਂ ਸਰ ਬਿਲਕੁਲ ਕਿਸੇ ਵੀ ਪ੍ਰਕਾਰ ਦਾ ਨਹੀਂ ਚੱਲਦਾ ਉੱਥੇ ਇਹਦੇ ਵਾਸਤੇ ਤਾਂ ਸਰਵੇ ਤਾਂ ਹੋ ਚੁੱਕਿਆ ਸਰ ਸਰਵੇ ਤਾਂ ਹੋ ਚੁੱਕਿਆ ਸਰ ਦਾ ਜੈਮਰ ਵਾਲੇ ਸਰ ਟੀਮ ਵਾਈਸ ਟੀਮ ਸਰ ਉਹ ਕਰਕੇ ਚਲੇ ਗਏ ਨੇ ਸਰ ਸਰਵੇ ਸਾਰੀ ਮੇਰੇ ਜਿੰਨਾ ਸਰ ਚੀਜ਼ ਸਰ ਜੈਮਰ ਲੱਗ ਜਾਂਦਾ ਸਰ ਜਿਹੜੀ ਜੇਲ੍ਹ ਦੇ ਅੰਦਰੋਂ ਬੈਠੇ ਗੱਦੇ ਗੰਦ ਪਾਉਂਦੇ ਉਹ ਬੰਦ ਹੋ ਗਿਆ ਸਰ ਉਹਦਾ ਬਾਹਰ ਨਾਲ ਲਿੰਕ ਖਤਮ ਹੋ ਗਿਆ ਅੰਦਰ ਬੈਠੇ ਗ੍ਰਾਈਂ ਗੁੰਡੋਂ ਸਾਡਾ ਆਟੋਮੈਟਿਕਲੀ ਹੋ ਜਾਂਦਾ ਹੁਣ ਅਸੀਂ ਫੜ ਕੇ ਅੰਦਰ ਦਿੱਤਾ ਹੈ ਅੰਦਰੋਂ ਬੰਦਾ ਬਾਈ ਵਰਚੂਅਲ ਫੋਨ ਕੋਈ ਪ੍ਰੋਤੀ ਦੀ ਕਾਲ ਉਹਨਾਂ ਕੋ ਬਾਹਰ ਲਿੰਕ ਪੈਦਾ ਕਰਦਾ ਇਹ ਬਹੁਤ ਵੱਡੀ ਸਮੱਸਿਆ ਹੈ ਹੁਣ ਪ੍ਰਾਣੀਆਂ ਜ਼ਿਲ੍ਹਾ ਦਾ ਕੁਝ ਨਹੀਂ ਹੋ ਸਕਦਾ ਲੋਕਾਂ ਦੀ ਪ੍ਰੋਪਰਟੀ ਰਾਈਟ ਅਪ ਟੂ ਨਵੀਂ ਬਣਾਵਾਂਗੇ ਨਹੀਂ ਮੈਂ ਗੱਲ ਕਰਦਾ 100 ਮੀਟਰ ਆਪਾਂ ਲੈ ਕੇ ਫੈਂਸ ਕਰ ਸਕਦੇ ਆ ਬਸ ਉਹਦੇ ਬਸ ਬਸ ਵੀਡੀਓ ਹਾਂਜੀ ਵੀਡੀਓ ਜੇ ਕਿਲਨ ਪ੍ਰਪੋਜ਼ਲ ਜੈ ਬਾਬਾ